ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਦੇਖ ਰਹੇ ਹੋ ਸੰਗਤ ਟੈਲੀਵਿਜ਼ਨ, ਅਤੇ ਸੰਗਤ ਟੈਲੀਵਿਜ਼ਨ ਦੀ ਟੀਮ ਹੈ ਇਸ ਵੇਲੇ ਹੈਮਸਟਡ ਹਾਲ ਅਕੈਡਮੀ ਵਿਖੇ, ਜਿੱਥੇ ਕਿ ਬਾਰਫੋਰਡ ਟਾਈਗਰ ਕਲੱਬ ਦੇ ਵੱਲੋਂ ਹਾਕੀ ਦੀ ਟ੍ਰੇਨਿੰਗ ਇਹ ਚੱਲ ਰਹੀ ਹੈ। ਔਰ ਹਾਕੀ ਲਈ ਜਿਹੜੇ ਨੌਜਵਾਨ ਨਾਲ ਖੇਡ ਰਹੇ ਨੇ ਪਹਿਲੀ ਅਤੇ ਦੂਜੀ ਟੀਮ ਦੇ ਵਿੱਚ, ਉਹ ਨੌਜਵਾਨ ਖਾਸ ਤੌਰ 'ਤੇ ਇੱਥੇ ਆਏ ਹੋਏ ਨੇ। ਹਾਲੇ ਇਹ ਉਹਨਾਂ ਦੀ ਵਾਰਮ ਅਪ ਟ੍ਰੇਨਿੰਗ ਚੱਲ ਰਹੀ ਹੈ। ਵਾਰਮ ਅਪ ਟ੍ਰੇਨਿੰਗ ਤੋਂ ਬਾਅਦ 'ਚ ਫਿਰ ਇੱਕ ਤਰ੍ਹਾਂ ਦਾ ਹਾਕੀ ਦੀ ਟ੍ਰੇਨਿੰਗ ਕਰਵਾਈ ਜਾਏਗੀ। ਔਰ ਸਰਦਾਰ ਮਨਜੀਤ ਸਿੰਘ ਜੀ, ਜਿਹੜੇ ਕਿ ਬਾਰਫੋਰਡ ਟਾਈਗਰ ਕਲੱਬ ਦੇ ਇੱਕ ਤਰ੍ਹਾਂ ਦੇ ਸ਼ੁਰੂ ਕਰਨ ਵਾਲਿਆਂ 'ਚੋਂ ਨੇ, ਕੋਚ ਦੇ ਤੌਰ 'ਤੇ ਵੀ ਇੱਥੇ ਨਾਲ ਨਾਲ ਵਿਚਰਦੇ ਨੇ, ਉਹ ਆਏ ਹੋਏ ਨੇ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਦੇਖਦੇ ਹਾਂ ਕਿ ਕਦੋਂ ਤੋਂ ਕਲੱਬ ਚੱਲ ਰਿਹਾ ਅਤੇ ਕਦੋਂ ਕੀ ਗੱਲ ਆ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਸਾਰੀਆਂ ਸੰਗਤਾਂ ਨੂੰ ਪਤਾ ਕਿ ਰਨ ਵਿਦ ਸੰਗਤ ਇੱਕ ਵਿਸ਼ੇਸ਼ ਤੌਰ 'ਤੇ ਖਾਸ ਇੱਕ ਇਵੈਂਟ ਆ ਰਿਹਾ 30 ਸਪਟੰਬਰ ਨੂੰ, ਜਿਹੜੀ ਹੈਂਡਰੋਥ ਪਾਰਕ ਵਿੱਚ ਸਵੇਰ ਨੂੰ 10 ਵਜੇ ਸ਼ੁਰੂ ਹੋਣਾ, ਅਤੇ ਉਹਦੀ ਬਹੁਤ ਸਾਰੀਆਂ ਸੰਗਤਾਂ ਨਾਲ ਰਲ ਰਹੀਆਂ ਹਨ। ਸੋ ਰਨ ਵਿਦ ਸੰਗਤ ਇਹ ਕੀ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਕਿ ਸਾਡੀ ਜਿਹੜੀ ਕੌਮ ਹੈ, ਸਾਡੀ ਕਮਿਊਨਿਟੀ, ਬਾਹਰਲੀਆਂ ਕਮਿਊਨਿਟੀਆਂ ਵੀ, ਕਿ 5 ਕਿਲੋਮੀਟਰ ਦੌੜਨਾ ਜਾਂ ਤੁਰਨਾ, ਉਹਦੇ ਲਈ ਤੁਸੀਂ ਪ੍ਰੈਕਟਿਸ ਪਹਿਲਾਂ ਕਰੋ, ਬਾਅਦ 'ਚ ਵੀ ਕੈਰੀ ਔਨ ਕਰੋ। ਸੋ ਕੋਸ਼ਿਸ਼ ਇਹ ਹੋ ਰਹੀ ਕਿ ਆਪਣੀ ਸਿਹਤ ਲਈ ਇਹ ਦੌੜਨਾ ਜਾਂ ਤੁਰਨਾ ਬਹੁਤ ਅੱਛਾ ਹੈ। ਸੋ ਇਹ ਰਨ ਵਿਦ ਸੰਗਤ ਡੋਟ ਜਿਹੜਾ ਰਜਿਸਟ੍ਰੇਸ਼ਨ ਕਰਨੀ ਹੈ, ਇਹ ਕਰਨੀ ਹੈ www.runwithsangat.org, ਇੱਥੇ ਆਪਣੇ ਆਪ ਨੂੰ ਰਜਿਸਟਰ ਕਰੋ। ਅਤੇ ਹੋਰ ਅਸੀਂ ਜਿਹੜੀ ਜਾਣਕਾਰੀ, ਜਿੱਦਾਂ ਰਾਣਾ ਜੀ ਹੁਣਾਂ ਦੱਸਿਆ ਕਿ ਅੱਜ ਅਸੀਂ ਹੈਮਸਟਰ ਹਾਲ ਅਕੈਡਮੀ ਵਿੱਚ ਆਏ ਹਾਂ, ਅਤੇ ਖਾਸ ਤੌਰ 'ਤੇ ਜਿਹੜਾ ਬਾਰਫੋਰਡ ਟਾਈਗਰ ਹਾਕੀ ਕਲੱਬ ਜਿਹੜਾ ਹੈ, ਉਹਨਾਂ ਦੀ ਜਿਹੜੀ ਅੱਜ ਟ੍ਰੇਨਿੰਗ, ਕਿਉਂਕਿ ਮੰਗਲਵਾਰ ਟ੍ਰੇਨਿੰਗ ਕਰਦੇ, ਵੀਰਵਾਰ ਟ੍ਰੇਨਿੰਗ ਕਰਦੇ, ਅਤੇ ਇਹਨਾਂ ਦਾ ਮੈਚ ਡੇ ਹੁੰਦਾ ਤਕਰੀਬਨ ਸ਼ਨਿਚਰਵਾਰ ਨੂੰ ਮੈਚ ਖੇਡਦੇ। ਅੱਜ ਇਹਨਾਂ ਦਾ ਜਿਹੜੇ ਕਿ ਉੱਪਰਲੀਆਂ 1-2 ਟੀਮਾਂ ਹੈਗੀਆਂ, ਉਹਨਾਂ ਦੀ ਟ੍ਰੇਨਿੰਗ ਹੈਗੀ ਆ। ਸੋ ਦੇਖ ਰਹੇ ਹਾਂ ਕਿ ਹਾਲੇ ਜਿੱਦਾਂ ਰਾਣਾ ਜੀ ਹੁਣ ਕਿਹਾ ਸੀ ਕਿ ਵਾਰਮ ਅਪ ਕਰਦੇ, ਪਹਿਲਾਂ ਇਹ ਦੌੜਦੇ ਹਨ, 2-3 ਵਾਰ ਚੱਕਰ ਮਾਰਨਗੇ, ਅਤੇ ਪਿੱਛੇ ਵੀ ਦੇਖ ਰਹੇ ਕਿ ਹੁਣ ਵਾਰਮ ਅਪ ਕਰ ਰਹੇ ਐਕਸਰਸਾਈਜ਼ ਕਰਕੇ। ਸੰਗਤ ਟੈਲੀਵਿਜ਼ਨ ਦੀ ਟੀਮ ਇਸ ਵੇਲੇ ਹੈ ਹੈਮਸਟਡ ਹਾਲ ਅਕੈਡਮੀ ਦੀ ਜਿਹੜੀ ਹਾਕੀ ਦੀ ਗਰਾਊਂਡ ਹੈ ਉਹਦੇ ਵਿੱਚ, ਜਿੱਥੇ ਕਿ ਬਾਰਫੋਰਡ ਟਾਈਗਰ ਕਲੱਬ ਦੇ ਵੱਲੋਂ ਆਪਣੇ ਜਿਹੜੇ ਹਾਕੀ ਦੇ ਉਹਨਾਂ ਦੇ ਸਟੂਡੈਂਟ ਨੇ, ਇੱਕ ਤਰ੍ਹਾਂ ਦੇ ਉਹਨਾਂ ਦੀ ਟ੍ਰੇਨਿੰਗ ਕਰਵਾਈ ਜਾਂਦੀ ਹੈ, ਵਾਰਮ ਅਪ ਚੱਲ ਰਹੀ ਹੈ, ਆਪਣੇ ਦੇਖੀ ਸੀ। ਔਰ ਅੱਜ ਅਸੀਂ ਖਾਸ ਤੌਰ 'ਤੇ ਪਹੁੰਚੇ ਨੇ, ਮੇਰੇ ਨਾਲ ਸਰਦਾਰ ਸੁਖਵੀਰ ਸਿੰਘ ਜੀ ਨੇ, ਸੰਗਤ ਟੈਲੀਵਿਜ਼ਨ ਵੱਲੋਂ ਜਿਹੜਾ ਰਨ ਵਿਦ ਸੰਗਤ ਪ੍ਰੋਗਰਾਮ ਚਾਲੂ ਕੀਤਾ ਜਾ ਰਿਹਾ 30 ਸਤੰਬਰ ਨੂੰ, ਉਹਦੀ ਇੱਕ ਤਰ੍ਹਾਂ ਦੀ ਗੱਲਬਾਤ ਕਰਨ ਦੇ ਲਈ, ਕਿਉਂਕਿ ਨੌਜਵਾਨ ਜਿਹੜੇ ਨੈਸ਼ਨਲ ਪੱਧਰ 'ਤੇ ਜਿਨ੍ਹਾਂ ਨੇ ਨਾਮਣੇ ਖੱਟੇ ਹੋਏ ਨੇ, ਉਹ ਵੀ ਉਸ ਜਿਹੜੀ ਰਨ ਵਿਦ ਸੰਗਤ ਕੀਤੀ ਜਾ ਰਹੀ ਆ ਉਹਦੇ ਵਿੱਚ ਹਿੱਸਾ ਲੈਣਗੇ। ਸੋ ਆਪ ਨੂੰ ਵੀ ਬੇਨਤੀ ਕਰਨੀ ਇਹਨਾਂ ਦੇ ਰਾਹੀਂ ਕਿ ਆਪ ਵੀ ਹਿੱਸਾ ਲਵੋ। ਔਰ ਸਾਡੇ ਕੋਲ ਇਸ ਟਾਈਮ ਖੜ੍ਹੇ ਨੇ ਬਾਰਫੋਰਡ ਟਾਈਗਰ ਕਲੱਬ ਦੇ ਜਿਹੜੇ ਕਿ ਬੜੇ ਲੰਬੇ ਸਮੇਂ ਤੋਂ ਕੋਚਿੰਗ ਦੇ ਰਹੇ ਨੇ ਅਤੇ ਸਾਰਾ ਪ੍ਰਬੰਧ ਵੀ ਚਲਾ ਰਹੇ ਨੇ ਸਰਦਾਰ ਮਨਜੀਤ ਸਿੰਘ ਜੀ, ਉਹਨਾਂ ਨੂੰ ਪੁੱਛਦੇ ਹਾਂ ਕਿ ਬਾਰਫੋਰਡ ਟਾਈਗਰ ਕਲੱਬ ਕਦੋਂ ਤੋਂ ਚੱਲ ਰਿਹਾ ਜੀ? ਸਭ ਤੋਂ ਪਹਿਲਾਂ ਸੰਗਤ ਟੀਵੀ ਦੇ ਦਰਸ਼ਕਾਂ ਨੂੰ ਪ੍ਰਣਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਣਾ ਭਾਅ ਜੀ, ਤੁਹਾਡਾ ਸਵਾਲ ਕਿ ਕਲੱਬ ਕਦੋਂ ਤੋਂ ਸ਼ੁਰੂ ਕੀਤਾ ਹੈ, 1966 'ਚ ਕਲੱਬ ਦੀ ਫੋਰਮੇਸ਼ਨ ਹੋਈ ਹੈ, 1966 'ਚ ਫੋਰਮ ਕੀਤਾ। ਇੱਕ ਸਕੂਲ ਮਾਸਟਰ ਹੁੰਦਾ ਸੀ ਬਾਰਫੋਰਡ ਸਕੂਲ, ਜਿਹੜਾ ਇਸ ਵੇਲੇ ਸਮੈਦਿਕ ਦੇ ਏਰੀਏ 'ਚ ਹੈ, ਉੱਥੇ ਸਕੂਲ ਮਾਸਟਰ ਹੁੰਦਾ ਸੀ। ਉਹਦੇ ਲਈ ਜਿਹੜੇ ਆਪਣੇ ਏਸ਼ੀਅਨ ਮੁੰਡੇ ਇੰਡੀਆ ਤੋਂ, ਅਫਰੀਕਾ ਤੋਂ ਆਏ ਸੀ, ਉਹਨਾਂ ਲਈ ਕੋਈ ਕਲੱਬ, ਜਿੱਦਾਂ ਹਾਕੀ ਖੇਡਣ ਦਾ ਕੋਈ ਕਲੱਬ ਨਹੀਂ ਹੁੰਦਾ ਸੀ। ਸੋ ਉਹਨੇ ਸ਼ੁਰੂਆਤ ਕੀਤੀ ਸੀ, ਜਿਹੜੇ ਸਕੂਲ ਦੇ ਮੁੰਡੇ 11-12 ਮੁੰਡੇ ਲੈ ਕੇ, ਅਤੇ ਉਹ ਉਦੋਂ ਸ਼ੁਰੂਆਤ ਕੀਤੀ ਹੈ। ਅਤੇ ਅੱਜ 52 ਸਾਲਾਂ ਬਾਅਦ 52 ਈਅਰਸ ਹੋ ਗਏ ਨੇ ਸਾਡੇ ਕਲੱਬ ਨੂੰ। ਅੱਜ ਅਸੀਂ 4 ਟੀਮਾਂ ਰਨ ਕਰਦੇ ਹਾਂ, ਅੰਡਰ 16 ਦੀਆਂ ਟੀਮਾਂ ਆ, ਲੇਡੀਜ਼ ਦੀਆਂ 2 ਟੀਮਾਂ ਰਨ ਕਰ ਰਹੇ ਹਾਂ, ਓਵਰ 50 ਦੇ ਅਸੀਂ ਕੱਪ ਜਿਹੜੇ ਉਹ ਖੇਡੀਦੇ ਨੇ, ਓਵਰ 50 ਦੇ ਕੱਪ ਖੇਡੀਦੇ ਨੇ। ਸੋ ਜਾਣੀ ਕਿ ਅਕਰੋਸ ਦ ਸਪੈਕਟ੍ਰਮ, ਜਾਣੀ ਕਿ ਉਹ ਛੋਟੀ ਜਿਹੀ ਸ਼ੁਰੂਆਤ ਤੋਂ ਅੱਜ ਇੱਥੇ ਤੱਕ ਇਹ ਕਲੱਬ। ਇੱਥੇ ਹੈਮਸਟਡ ਹਾਲ ਅਕੈਡਮੀ ਜਿਹੜਾ ਆ, ਇੱਥੇ ਕਿਹੜੇ ਦਿਨ ਇੱਥੇ ਟ੍ਰੇਨਿੰਗ? ਇੱਥੇ ਟਿਊਜ਼ਡੇ ਅਤੇ ਥਰਸਡੇ, ਮੰਗਲਵਾਰ ਅਤੇ ਵੀਰਵਾਰ ਸਾਡੀ ਕਲੱਬ ਦੀ ਟ੍ਰੇਨਿੰਗ ਹੁੰਦੀ ਹੈ। ਸੰਡੇ ਵਾਲੇ ਦਿਨ 10-12 ਜਿਹੜੇ ਯੰਗਸਟਰ ਨੇ 16 ਸਾਲਾਂ ਤੋਂ ਥੱਲੇ, ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ। ਸੈਟਰਡੇ ਵਾਲੇ ਦਿਨ 4-4, 5-5 ਗੇਮਾਂ ਲੱਗਦੀਆਂ, 12 ਵਜੇ ਪ੍ਰੋਗਰਾਮ ਸ਼ੁਰੂ ਹੋ ਜਾਂਦਾ, ਅਖੀਰਲੀ ਗੇਮ ਤਕਰੀਬਨ 4 ਵਜੇ ਹੁੰਦੀ ਹੈ। ਸੋ ਹਫ਼ਤੇ 4 ਦਿਨ 4 ਦਿਨ ਅਸੀਂ ਇੱਥੇ ਹੀ ਹੋਈਦਾ, 4 ਦਿਨ ਇੱਥੇ ਹੋਈਦਾ। ਅਤੇ ਬਾਰਫੋਰਡ ਟਾਈਗਰ ਕਲੱਬ ਨੇ 52 ਸਾਲਾਂ ਦੇ 52 ਸਾਲ ਬੜਾ ਲੰਬਾ ਸਮਾਂ ਆ, ਇਹ 2 ਪੀੜ੍ਹੀਆਂ ਬਦਲ ਜਾਂਦੀਆਂ ਇੰਨੇ ਟਾਈਮ ਦੇ ਵਿੱਚ, ਕਿੰਨੀਆਂ ਕੁ ਪ੍ਰਾਪਤੀਆਂ ਕੀਤੀਆਂ ਨੈਸ਼ਨਲ ਪੱਧਰ 'ਤੇ ਜਾਂ ਇੰਟਰਨੈਸ਼ਨਲ ਪੱਧਰ 'ਤੇ, ਕਿਹੜੀਆਂ ਪ੍ਰਾਪਤੀਆਂ ਕੀਤੀਆਂ, ਇੱਥੋਂ ਦੇ ਤੁਹਾਡੇ ਤਿਆਰ ਕੀਤੇ ਹੋਏ ਖਿਡਾਰੀਆਂ ਨੇ ਕੀ ਪ੍ਰਾਪਤੀਆਂ? ਹਾਂਜੀ, ਪ੍ਰਾਪਤੀਆਂ ਸਮਝ ਲਓ ਕਿ ਜਦੋਂ ਤੱਕ ਕਲੱਬ ਸ਼ੁਰੂ ਹੋਇਆ ਤਾਂ ਇੱਕ ਹੀ ਟੀਮ ਸੀ, ਅਤੇ ਤਕਰੀਬਨ 20-25 ਸਾਲ ਲੱਗੇ ਸਾਨੂੰ ਪੂਰੇ ਐਸਟੈਬਲਿਸ਼ ਹੋਣ ਨੂੰ। ਹਾਂਜੀ, ਅਤੇ ਉਦੋਂ ਬਾਅਦ ਅਸੀਂ ਇੱਥੇ ਦੀ ਜਿਹੜੀ ਟੌਪ
ਪ੍ਰੀਮੀਅਰ ਲੀਗ ਆ ਉੱਥੇ ਖੇਡੇ ਨੇ ਜਿੱਥੋਂ ਦੀ ਇੰਗਲੈਂਡ ਦੇ ਮੁੰਡੇ ਚੁਣੇ ਜਾਂਦੇ ਨੇ ਜਿਹੜੇ ਇਨਡੋਰ ਦੇ ਕੱਪ ਅਸੀਂ ਉਹਦੇ 'ਚ ਫਾਈਨਲਿਸਟ ਰਹੇ ਹਾਂ ਓਵਰ 40s ਦੇ ਕੱਪ ਜਿੱਤੇ ਨੇ ਓਵਰ 50s ਦੇ ਕੱਪ ਜਿੱਤੇ ਨੇ ਕਈ ਮੁੰਡੇ ਸਾਡੇ ਫੁੱਲ ਇੰਗਲੈਂਡ ਟੀਮ ਨੂੰ ਰੈਪ੍ਰਜੈਂਟ ਕੀਤਾ ਅਤੇ ਕਈਆਂ ਨੇ ਯੂਥ ਲੈਵਲ 'ਤੇ ਰੈਪ੍ਰਜੈਂਟ ਕੀਤਾ ਅੰਡਰ 18 'ਤੇ ਇੱਕ ਇਸ ਵੇਲੇ ਨੌਜਵਾਨ ਹੈ ਮੁੰਡਾ ਅੰਡਰ 16 ਦਾ ਰੈਪ੍ਰਜੈਂਟ ਕਰ ਰਿਹਾ ਸੋ ਇਸ ਤਰ੍ਹਾਂ ਪ੍ਰਾਪਤੀਆਂ ਵੀ ਕਾਮਯਾਬੀ ਵੀ ਮਿਲੀ ਆ ਪ੍ਰਾਪਤੀਆਂ ਵੀ ਹਾਸਲ ਕੀਤੀਆਂ ਪਰ ਇਹ ਸਾਰਾ ਕੰਮ ਜਿਹੜੀ ਇਹ ਸਾਰਾ ਵੀ ਹੈ ਇਸ਼ੂ ਜਿਹੜਾ ਸਾਰਾ ਹੁੰਦਾ ਹੈ ਇਹ ਮਿਹਨਤ ਨਾਲ ਹੀ ਹੋਏਗਾ ਅਗਰ ਮਿਹਨਤ ਕਰੋਗੇ ਸਾਰੀਆਂ ਫੈਮਲੀਆਂ ਪੇਰੈਂਟਸ ਯੰਗਸਟਰਸ ਮਿਹਨਤ ਕਰੋਗੇ ਤਾਂ ਤਾਂ ਹੀ ਇਹ ਤੁਸੀਂ ਪ੍ਰਾਪਤ ਕਰੋਗੇ ਜੀ ਮੈਨੂੰ ਮੈਂ ਕਿਤੇ ਸੁਣਿਆ ਕਿ ਤੁਹਾਡਾ ਭਰਾ ਜਿਹੜਾ ਛੋਟਾ ਭਰਾ ਤੁਹਾਡਾ ਉਹ ਇੰਗਲੈਂਡ ਦੀ ਟੀਮ 'ਚ ਵੀ ਖੇਡਿਆ ਸੀ ਕੀ ਨਾਂ ਸੀ ਉਸਦਾ ਹਾਂਜੀ ਅਮਰਜੀਤ ਸਿੰਘ ਡੀਗਨ ਉਹ 92-94 ਇੰਗਲੈਂਡ ਲਈ ਖੇਡਿਆ ਅੱਛਾ ਜੀ ਅਤੇ ਇੱਕ ਦੋ ਟੂਰਨਾਮੈਂਟ ਵੀ ਖੇਡਿਆ ਪਰ ਉਸ ਦਿਨਾਂ 'ਚ ਹਾਕੀ ਪ੍ਰੋਫੈਸ਼ਨਲ ਸਪੋਰਟ ਨਹੀਂ ਸੀ ਫਿਰ ਉਹਨੇ ਆਪਦਾ ਕਰੀਅਰ ਵੀ ਉਹਦੇ ਵੱਲ ਵੀ ਧਿਆਨ ਦੇਣਾ ਸੀ ਪਰ ਮੈਂ 2 ਸਾਲੋਂ ਪੂਰੇ 16 ਕੈਪ ਉਹਦੇ ਹੈਗੇ ਇੰਗਲੈਂਡ ਇੰਗਲੈਂਡ ਟੀਮ ਦੇ ਹੁਣ ਹਾਕੀ ਜਿਹੜੀ ਪ੍ਰੋਫੈਸ਼ਨਲ ਟੀਮ ਦੇ ਤੌਰ 'ਤੇ ਜਾਣੀ ਜਾਂਦੀ ਹੈ ਹੁਣ ਜਿਹੜੇ ਇੰਟਰਨੈਸ਼ਨਲ ਲੈਵਲ 'ਤੇ ਜਿਹੜੇ ਮੁੰਡੇ ਖੇਡਦੇ ਨੇ ਤਕਰੀਬਨ 40 ਮੁੰਡੇ ਉਹਨਾਂ ਨੇ ਲਏ ਨੇ ਉਹ ਕੰਟਰੈਕਟ ਬੇਸਿਸ 'ਤੇ ਨੇ ਸੋ ਹੁਣ ਜੇ ਤੁਸੀਂ ਹਾਕੀ ਖੇਡਣੀ ਆ ਯੂ ਹੈਵ ਟੂ ਟੇਕ ਇਟ ਅਪ ਐਜ਼ ਅ ਕਰੀਅਰ ਰਨ ਵਿਦ ਸੰਗਤ 30 ਸਤੰਬਰ ਨੂੰ ਹੈਂਡਵਿਥ ਪਾਰਕ ਦੇ ਵਿੱਚ ਕੀਤਾ ਜਾ ਰਿਹਾ ਸੰਗਤ ਟੈਲੀਵਿਜ਼ਨ ਵੱਲੋਂ ਕੀਤਾ ਜਾ ਰਿਹਾ ਇੱਕ ਤਰ੍ਹਾਂ ਦੀ ਚਾਰਟੀ ਵਾਕ ਹੈ ਚਾਰਟੀ ਰਨ ਹੈ ਉਹਦੇ ਬਾਰੇ ਕੋਈ ਸ਼ਬਦ ਚਾਰ ਕੀ ਕਹਿਣਾ ਚਾਹੁੰਦੇ ਜਿਹੜਾ ਰਨ ਵਿਦ ਸੰਗਤ ਦਾ ਪ੍ਰੋਗਰਾਮ ਹੈ ਬਹੁਤ ਹੀ ਸਹੀ ਪ੍ਰੋਗਰਾਮ ਹੈ ਬਹੁਤ ਹੀ ਅੱਛਾ ਪ੍ਰੋਗਰਾਮ ਹੈ ਉਹ ਸਿਰਫ ਕਲੱਬਾਂ ਦੇ ਲਈ ਕਮਿਊਨਿਟੀ ਲਈ ਸਿਹਤਮੰਦ ਲਈ ਬਹੁਤ ਬਹੁਤ ਇੰਪੋਰਟੈਂਟ ਹੈ ਉਹ ਇਹ ਇਵੈਂਟ 'ਤੇ ਇਨਫੈਕਟ ਰਨ ਵਿਦ ਸੰਗਤ ਨੂੰ ਹਰੇਕ ਸਾਲ ਕਰਨਾ ਚਾਹੀਦਾ ਇਹ ਐਨੂਅਲ ਇਵੈਂਟ ਹੋ ਜਾਣਾ ਚਾਹੀਦਾ ਅਤੇ ਸਾਡੇ ਕਲੱਬ ਵੱਲੋਂ ਪੂਰੀ ਸਪੋਰਟ ਹੈ ਸਾਡੇ 25 ਜਾਂ 30 ਮੁੰਡੇ ਉਸ ਰਨ 'ਚ ਉਸ ਦਿਨ ਪਾਰਟ ਲੈਣਗੇ ਤੁਸੀਂ ਆਪ ਵੀ ਆਓਗੇ ਮੈਂ ਵੀ ਆਪ ਜਿਹੜੇ ਤੁਹਾਡੇ ਕੋਈ ਤੁਹਾਡਾ ਛੋਟਾ ਭਰਾ ਜਾਂ ਹੋਰ ਜਿਹੜੇ ਬੰਦੇ ਜਿਹੜੇ ਇੰਗਲੈਂਡ ਦੀ ਟੀਮ 'ਚ ਖੇਡੇ ਹੋਏ ਉਹਨਾਂ ਨੂੰ ਵੀ ਕਹੋਗੇ ਉਸ ਸਾਰੇ ਆਉਣਗੇ ਜੀ ਸਾਡੇ ਜਿਹੜੇ 30 ਮੁੰਡੇ ਅਸੀਂ ਤਿਆਰ ਕੀਤੇ ਨੇ ਉਹ ਫਸਟ ਟੀਮ ਦੇ ਮੁੰਡੇ ਨੇ ਸੈਕਿੰਡ ਟੀਮ ਦੇ ਮੁੰਡੇ ਨੇ ਕਮੇਟੀ ਦੇ ਮੈਂਬਰ ਨੇ ਜਿਹੜੇ ਕੋਚ ਨੇ ਉਹ ਨੇ ਯੰਗਸਟਰ ਨੇ ਸੋ ਤਕਰੀਬਨ ਸਾਡੀ 30 ਮੈਂਬਰਾਂ ਦੀ ਗਿਣਤੀ 'ਚ ਉੱਥੇ ਸ਼ਾਮਿਲ ਹੋਣਗੇ ਸੋ ਰਨ ਵਿਦ ਸੰਗਤ ਦੇ ਪ੍ਰੋਗਰਾਮ ਦੇ ਵਿੱਚ 30 ਸਤੰਬਰ ਨੂੰ ਬਾਰਫੋ ਟਾਈਗਰ ਕਲੱਬ ਦੇ ਉਹ ਨੌਜਵਾਨ ਆ ਰਹੇ ਨੇ ਜਿਹੜੇ ਸੈਲੀਬ੍ਰਿਟੀ ਦੇ ਤੌਰ 'ਤੇ ਜਾਣੇ ਜਾਂਦੇ ਨੇ ਇੰਗਲੈਂਡ ਦੀ ਟੀਮ ਦੇ ਵਿੱਚ ਖੇਡ ਚੁੱਕੇ ਨੇ ਜਾਂ 16 ਸਾਲ ਦੀ ਰੈਂਡਰ ਟੀਮ ਦੇ ਵਿੱਚ ਹੁਣ ਵੀ ਬੱਚਾ ਖੇਡ ਰਿਹਾ ਉਹ ਵੀ ਆਵੇਗਾ ਉੱਥੇ ਸੋ ਇਹ ਸਾਰੇ ਆ ਰਹੇ ਨੇ ਤੁਸੀਂ ਆਓ ਆਪਣੇ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨੇ ਕਮਿਊਨਿਟੀ ਦਾ ਭਾਈਚਾਰੇ ਦਾ ਨਾਂ ਬਾਹਰ ਲੈ ਕੇ ਗਏ ਨੇ ਬਾਕੀ ਪੂਰੀਆਂ ਮੇਨ ਸਟ੍ਰੀਮ ਦੇ ਵਿੱਚ ਲੈ ਕੇ ਗਏ ਨੇ ਉਹਨਾਂ ਦੇ ਨਾਲ ਆ ਕੇ ਤੁਸੀਂ ਵੀ ਦੌੜੋ ਤੁਸੀਂ ਵੀ ਤੁਰੋ ਤਾਂ ਕਿ ਆਪਾਂ ਰਲ ਮਿਲ ਕੇ ਤੁਰੀਏ ਜੇ ਰਲ ਮਿਲ ਕੇ ਆਪਾਂ ਤੁਰਨਾ ਸਕਿਆ ਤਾਂ ਫਿਰ ਬਹੁਤ ਗਾਂ ਪ੍ਰਾਪਤੀਆਂ ਵੀ ਹੋਣਗੀਆਂ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਬਹੁਤ ਬਹੁਤ ਬਾਕੀ ਗੱਲਬਾਤ ਆਪਾਂ ਫਿਰ ਕਰਦੇ ਹਾਂ ਜੀ ਹਾਂਜੀ ਸਤਿ ਸੰਗਤ ਜੀ ਜਿਹੜਾ ਹੁਣੀ ਆਪ ਜੀ ਨੇ ਰਾਣਾ ਜੀ ਹੁਣ ਆਪ ਜੀ ਨੇ ਦੱਸਿਆ ਰਨ ਵਿਦ ਸੰਗਤ ਬਾਰੇ 30 ਸਪਟੈਂਬਰ ਨੂੰ ਸਵੇਰ ਨੂੰ 10 ਵਜੇ ਆਪਾਂ ਦੌੜਨਾ ਜਾਂ ਤੁਰਨਾ ਇਹ ਸਾਰਿਆਂ ਨੂੰ ਪਤਾ ਜਿਹੜੀ ਸਕਰੀਨ ਹੈ ਉਹਦੇ ਉੱਪਰ ਆ ਰਿਹਾ ਹੋਏਗਾ ਕਿ ਰਜਿਸਟ੍ਰੇਸ਼ਨ ਕਿੱਦਾਂ ਕਰਨੀ www.runwithsangat.org ਇਹ ਰਜਿਸਟਰ ਕਰਕੇ ਉਸ ਤੋਂ ਬਾਅਦ ਇਹਦਾ ਇੱਕ ਹੋਰ ਸਤਿ ਸਿੰਘ ਜੀ ਇੱਕ ਹੋਰ ਹਿੱਸਾ ਹੈਗਾ ਹਿੱਸਾ ਇਹ ਹੈ ਕਿ ਤੁਸੀਂ ਰਜਿਸਟਰ ਕਰਕੇ ਜੇ ਆਪ ਜੀ ਚਾਹੁੰਦੇ ਤਾਂ ਤੁਸੀਂ ਕਿਸੇ ਵੀ ਚੈਰਿਟੀ ਕਿਸੇ ਮਕਸਦ ਲਈ ਕਿਸੇ ਵੀ ਆਪਣੀ ਔਰਗਨਾਈਜੇਸ਼ਨ ਲਈ ਤੁਸੀਂ ਜੇ ਫੰਡਸ ਜਾਂ ਪੈਸਾ ਰੇਜ਼ ਕਰਨਾ ਚਾਹੋ ਤੁਸੀਂ ਕਰ ਸਕਦੇ ਹੋ ਜਿੱਦਾਂ ਐਗਜ਼ਾਮਪਲ ਦਿੰਦੇ ਇੱਕ ਸਾਡੀ ਸਾਨੂੰ ਲੇਡੀ ਜਾਣਦੀ ਆ ਉਹਨਾਂ ਦੇ ਇੱਕ ਬਾਈਸਾਈਕਲ ਜੋ 8 ਬਾਈਸਾਈਕਲ ਚੋਰੀ ਹੋ ਚੁੱਕੇ ਸੀ ਜਿਹੜੇ ਸਾਈਕਲਿੰਗ ਸਿਖਾਉਂਦੀ ਸੀ 2400 ਪਾਊਂਡ ਉਹ ਅਸੀਂ ਉਹਨਾਂ ਨੂੰ ਕਿਹਾ ਕਿ ਵੀ ਉਹ ਕੀ ਕਰ ਰਹੇ ਕਿ 24 ਉਹਨਾਂ ਦੇ ਜਿਹੜੇ ਕਲੱਬ ਮੈਂਬਰਸ ਉਹਨਾਂ ਨੂੰ ਰਜਿਸਟਰ ਕਰਕੇ ਉਹਨਾਂ ਨੇ 100-100 ਪਾਊਂਡ ਦਾ ਟਾਰਗੇਟ ਰੱਖਿਆ ਅਤੇ ਉਹਨਾਂ ਨੂੰ 2400 ਪਾਊਂਡ ਇਕੱਠੇ ਕਰਕੇ 8 ਬਾਈਸਾਈਕਲ ਲੈ ਕੇ ਦੁਬਾਰਾ ਉਹਨਾਂ ਨੇ ਜਿਹੜੇ ਟ੍ਰੇਨਿੰਗ ਕਰਦੇ ਬਾਈਸਾਈਕਲ ਦੀ ਅੱਛਾ ਜਿਹੜੇ ਬਾਰਫੁੱਟ ਟਾਈਗਰ ਕਲੱਬ ਜਿੱਥੇ ਆਪਾਂ ਅੱਜ ਆਏ ਹਾਂ ਪਹਿਲਾਂ ਤਾਂ ਦੇਖੋ ਕਿ ਅੱਜ ਮੀਂਹ ਬਹੁਤ ਪੈ ਰਿਹਾ ਹੈਗਾ ਪਹਿਲਾਂ ਜ਼ਿਆਦਾ ਪੈਂਦਾ ਸੀਗਾ ਹੁਣ ਥੋੜ੍ਹਾ ਘੱਟ ਗਿਆ ਪਰ ਅਸੀਂ ਇਸ ਚੀਜ਼ ਦਾ ਬਹੁਤ ਹੈਰਾਨ ਕਿ ਇਹ ਜਿੰਨੇ ਵੀ ਪਲੇਅਰ ਹਨ ਸਿਰਫ ਟ੍ਰੇਨਿੰਗ ਲਈ ਇਹਨਾਂ ਦੀ ਕਮਿਟਮੈਂਟ ਦੇਖੋ ਸਾਨੂੰ ਇਹ ਪਤਾ ਲੱਗਾ ਕਿ ਇਹ ਜਿਹੜੇ ਪਲੇਅਰ ਹਨ ਸਿਰਫ ਟ੍ਰੇਨਿੰਗ ਲਈ ਗੇਮ ਖੇਡਣੀ ਤਾਂ ਅਲੱਗ ਚੀਜ਼ ਹੈ ਸਿਰਫ ਟ੍ਰੇਨਿੰਗ ਲਈ ਕੋਈ ਐਕਸੈਟਰ ਤੋਂ ਆ ਰਿਹਾ ਕੋਈ ਲੰਡਨ ਤੋਂ ਆ ਰਿਹਾ ਕੋਈ ਡਰਬੀ ਤੋਂ ਆ ਰਿਹਾ ਕੋਈ ਨੋਟਿੰਗਮ ਤੋਂ ਆ ਰਿਹਾ ਬੜੀ ਦੂਰੋਂ ਦੂਰ ਬਰਮਿੰਗਮ ਦੇ ਇਲਾਕੇ 'ਚ ਤਾਂ ਬਹੁਤ ਸਾਰੇ ਇੱਦਾਂ ਹੋਣਗੇ ਅੱਛਾ ਇੱਥੇ ਅਸੀਂ ਦੇਖ ਰਹੇ ਕਿ ਇੱਕ ਲੜਕੇ ਵੀ ਹਨ ਅਤੇ ਲੜਕੀਆਂ ਅੱਛਾ ਇਹਨਾਂ ਦੀ 2 ਦਿਨ ਟ੍ਰੇਨਿੰਗ ਹੁੰਦੀ ਹੈ 1 ਦਿਨ ਟ੍ਰੇਨਿੰਗ ਹੁੰਦੀ ਹੈ ਮੰਗਲਵਾਰ ਨੂੰ ਇਹਨਾਂ ਦਾ ਇੱਕ ਬੜੀ ਸਾਨੂੰ ਖੁਸ਼ੀ ਹੋਈ ਸੁਣ ਕੇ ਕਿ ਜਿਹੜੇ 50 ਸਾਲ ਤੋਂ ਉੱਪਰ ਹਨ ਜਿਹਨਾਂ ਵਿੱਚ ਦਾਸ ਵੀ ਹੁਣ ਸ਼ਾਮਿਲ ਹੈ 50 ਸਾਲ ਤੋਂ ਉੱਪਰ ਉਹਨਾਂ ਦੀ ਉਹ ਵੀ ਇੱਥੇ ਟ੍ਰੇਨਿੰਗ ਕਰਦੇ ਹਨ ਅਤੇ ਲੜਕੀਆਂ ਖਾਸ ਤੌਰ 'ਤੇ ਇਸ 2 ਅਲੱਗ ਇਹਨਾਂ ਦੇ ਟ੍ਰੇਨਿੰਗ ਸੈਸ਼ਨ ਨਾਲ ਕੰਕਰੰਟਲੀ ਚੱਲਦੇ ਹਨ ਅਤੇ ਵੀਰਵਾਰ ਨੂੰ ਜਿਹੜੀ ਪਹਿਲੀ ਟੀਮ
ते दूजी टीम जिहड़ी इहनां दी क्लब दी है, चार टीमां हन लड़कियां दी, दो लड़कियां दी जिहड़ी पहली दूजी उह रल के फिर इहनां दी ट्रेनिंग हुंदी आ। सो असीं इस इहनां दी कमिटमेंट देखो, मीह दे विच आम बंदा की कहिंदा कि चलो आपां घर बहिंदे थोड़ा जिहा एक्सक्यूज जिहा मिल जांदा, पर असीं देखिआ कि बड़ी दूरों दूरों आ रहे हन। अच्छा, जिहड़ी असीं गल पहलां कही सी कि दूजा एस्पैक्ट इह है कि तुसीं किसी भी ऑर्गनाइजेशन लई, किसी मकसद लई, किसी चैरिटी लई तुसीं पैसे इकट्ठे कर सकते, ये थोड़ी मर्जी है, कोई ऐसी कोई कंपलशन नहीं। मगर जेडे बारफुट टाइगर हॉकी क्लब आ, इन्होंने जेडे यंगस्टर हैं उन्होंने एक ना स्कॉलरशिप्स, इन्होंने स्कॉलरशिप्स देने हैं। साध संगत जी, स्कॉलरशिप की है कि जिदा कि कई संस्थावां जिदा बर्मिंघम यूनिवर्सिटी ये एक स्कॉलरशिप रन करती है जिदे विच तकरीबन 6 सैशन उन्होंने करने आ बच्चों के नाल, जिहड़ा 6 सैशन ट्रेनिंग भी करेंगे, सेहत बारे भी दसेंगे, स्ट्रेंथन भी। तो वह एक जिहड़ी स्कॉलरशिप उहदा खर्चा 300 पाउंड हुंदा। सो इन्होंने पहला सोचा सी असीं कि थोड़े जे स्कॉलरशिप जिन्ने पैसे असीं इकट्ठे करके तो जिन्ने भी जिहड़े यंगस्टर हन कुछ उन्हां नूं असीं एक एक स्कॉलरशिप दे के भेजांगे, तां कि उन्हां नूं जिहड़े अच्छे खिडारी हन कि उन्हां नूं असीं स्कॉलरशिप दवा के होर बहुत टॉप क्लास की ट्रेनिंग दवा। पर इन्होंने हम मता पास किया पिछले हफ्ते कि उहदा कोई लिमिट नहीं होगा, जिन्हें भी इन्हां दे यंगस्टर जिहड़े भी इस चीज़ के काबल होणगे ते जिहड़े भी इस स्कॉलरशिप लैनी चाहणगे ते उन्हां नूं स्कॉलरशिप देणगे। सो ये कि बच्चों का बहुत ख्याल, टीनेजर हैं जिहड़े अच्छे खेलते हैं उन्होंने बर्मिंघम यूनिवर्सिटी नाल स्कॉलरशिप लई भेजणगे। सो ये बहुत अच्छा है। आप जी भी कोई चाहो कोई भी चैरिटी लई ते किसी संस्था लई, जिहड़ा एक गुरु घर है उन्होंने अपने जिहड़ी रेनोवेशन करवानी है उहदे लई उह संगत इकट्ठी हो रही है, से कई इकट्ठे हो रहे हैं, कईआं ने आपां जिहड़ी कैंसर की चैरिटी आ ते जिहदा दास है, असीं साडी फैमिली ने रेज करने हन पैसे। जिहड़ा केरला विच पिछे जे जिहड़ा फ्लड्स आए हन उहदे नाल बहुत तकरीबन 400 मौतां हो चुकियां हन ते 8 लाख बेघर हो चुके हन। उन्हां दे घरां दा जिहड़ा नुकसान होया उह एक संगत ट्रस्ट ते बड़ू साहब जिहड़ी दो बहुत वड्डियां संस्थावां हन, ये कलैबरेशन दे विच बड़ू साहब दे बहुत सारे कारीगर हन, 40-50 कारीगर ये गए हन केरला ते उत्थे इन्हां ने मकानां दी जिहड़ी मरम्मत है, कोई छत उड़ गई, छत नवीं पाउणी, कोई घर ढह गए, घर नवें सिरे बनाउणे, कंधां बना रहे हन, स्कूल बना रहे हन ते सड़कां भी बना रहे हन, जिथे भी लोड है उह कर रहे हन। तो संगत ट्रस्ट ते बड़ू साहब कलैबरेशन विच करना है। तो साडे परिवार ने ये असी के एक टारगेट सैट किया हैगा कि असी इन्ने पैसे रेज करने, जिहड़े कि बड़ू साहब राही संगत ट्रस्ट राही जो केरला दे विच जोड़ो जिहड़े बंदे अफेक्टेड हन उहनां दी मदद लई असी करांगे। सो आप जी की मर्जी है। तो आप जी पटना साहब लई भी कई रेज कर रहे हैं, केरला लई रेज कर रहे हैं, संगत ट्रस्ट लई ते होर भी चैरिटियां जिहड़ियां हन उहदे लई भी संगत पैसे रेज कर रही है। सो पहला एस्पैक्ट यह है कि आप जरूर रजिस्टर होवे, रजिस्ट्रेशन बहुत हुण हो रही हैं, काफ़ी संगतां ने अज रजिस्टर किया, कल भी बहुत सारी संगत ने रजिस्टर किया। इहदे च कोई रिस्ट्रिक्शन है, कोई भी उम्र का बच्चा होवे बुजुर्ग होवे रजिस्ट्रेशन कर सकते। रजिस्ट्रेशन किदा करनी पहला रिपीट कर देने हैं, www.runwithsangat.org ये अपने बिल्कुल बेसिक डिटेल्स पा के अपना नाम, अपना एड्रैस, डेट ऑफ बर्थ, अपना टेलीफोन नंबर, सिर्फ बेसिक डिटेल पा के ते जिहड़ी रजिस्ट्रेशन फी रखी हैगी है, रखी 10 पाउंड। वो 10 पाउंड कित्थे वरते, उहदे लई 10 पाउंड दे विच संगत ट्रस्ट लई कोई उहदे विच कोई प्रॉफिट एलीमेंट नहीं है, क्योंकि जिहड़ा 10 पाउंड कित्थे लगना है, पहली तो गल कि जिहड़ी हर एक नूं जिहड़ा भी शामिल होएगा उहनूं एक चिप इलैक्ट्रॉनिक चिप मिलेगी जिहदे नाल उहदी टाइमिंग उन्हों मिलेगी जिन के वो किन्नी देर लाई उन्हें तुरन 5 किलोमीटर तुरन लई जां दौड़न लई वो टाइमिंग आप जी नूं मिलेगी। दूजी एस्पेक्ट है कि जिहड़ी रजिस्ट्रेशन उसी आउटसोर्स कीती आ उहदा भी खर्चा है, तो खाण दा ते सॉफ्ट ड्रिंक्स पीण दा भी पूरा प्रबंध होएगा, तो बढ़िया रौनकां होणगियां, पानी दा भी प्रबंध होएगा, क्योंकि जदों आपां दौड़दे आ जां तुरदे आ ते आपां प्यास भी लगनी है, उहदा भी पूरा प्रबंध होएगा। सो सारियां संगतां नूं बेनती है कि हम आके रजिस्टर करो, अपने पूरे परिवार, आप कल्ले ना रजिस्टर करो, पूरे परिवार अपने
चार चार पाँच पाँच दस दस जो अपनी संगत है, अपनी जो ग्रुप्स हैं, जो कॉन्टैक्ट्स हैं, सारे www.runwithsangat.org इत्थे जाके रजिस्टर करो। अच्छा, कई सज्जन हैं जिन्हों कंप्यूटर बारे नहीं पता, वैबसाइट की है उन्होंने बिल्कुल जाणू नहीं हैं, मगर वो की कर सकते हैं, वो टैलीफोन करन संगत टैलीवेन का टैलीफोन नंबर है 0121 534 0000। असं वापस रिपीट करते हाँ, 0121 534 0000। इत्थे टैलीफोन करके ये आप जी दसो कि तुसी रजिस्टर करना चाहते हो, तो असी पूरी थोड़ी मदद करके, असिस्टेंस करके, टैलीफोन से भी असी आप जी का रजिस्ट्रेशन कर सकांगे। सो सारिया संगतां नूं ये बेनती है कि सिर्फ आप ना रजिस्टर होवो, जिन्हें भी सखी संबंधी हैं, जिन्हें भी कॉन्टैक्ट हैं, आप जी सारे नूं दसो ताकि उदों रौनक भी वधन। कि गल की है कि क्यों असी रणवीर संगत कर रहे हाँ, कि साडी कम्यूनिटी विच जिथे बहुत आपां तरक्कियां कीतियां अपने पढ़ाई दे विच, साडे बच्चे सारे ना मोहरे हैं, तो जिथे अपना बिजनेस विच बहुत प्राप्तियां कीतियां, पर अफसोस की गल ये कि कुछ बीमारियां साडी कम्यूनिटी, जिहदा डायबिटीज़ की गिणती बहुत वड्डी है अपनी कम्यूनिटी दे विच, ते फिर असी देखदे कि जिहड़ी शराब की वरतों ये बहुत है, इस असी प्रेरणा सारे दे रहे कि ये शराब की वरतों घटाओ ज बिल्कुल बंद करो अपने परिवारों के विच, ते जिहड़ी डायबिटीज़ है वो तुरन दे नाल दौड़न दे नाल रेगुलर तौर पर। सिर्फ असी यही चाहते कि एक इवेंट करके रणवीर संगत करके आपां गल मका दीए, असी इनकरेज हुण करना वो प्रोग्राम तो बाद तकरीबन हफ्ते बाद असी प्रोग्राम लैके आया करांगे सेहत बारे, तो वर्जिश करन बारे, तो एक्सरसाइज बारे, क्यों ये बहुत जरूरी है कि असी जिथे नाल नाल बहुत तरक्कियां पढ़ाइयां विच ते अपने कारोबारां विच कर रहे हाँ, कि अपनी सेहत का ख्याल रखना अति जरूरी, बहुत जरूरी हैगा। से शुरू आपां कित्थों कर सकते हाँ, क्योंकि हर एक बंदा जिम च जाना मुश्किल हो जाता, कई बार जी आप कई सारे दौड़न वो भी मुश्किल हो सकता, कई खेलना जो कोई हॉकी कर सीखना चाहे मुश्किल हो सकती, पर जो साध सिंह जी तुरना जोड़ा है ना, तुरना बहुत ही सौखा, तुरना तुसी अज ही शुरू कर सकते हो, कल शुरू कर सकते हो तुरना, वो असी टैलीविजन कई बार दसते हों कि 20 तो उपर गुण हैं कि जेडे तुरन दा नाल थोड़े ते एकदम असर होना शुरू हो जाता शरीर से, जिदन तुसी तुरदे आ एक असर यह है कि जिदन आप एक दिन एक्सरसाइज करते उदन 25% थोड़ी मैमरी का थोड़ू इनक्रीज हो जाती है, फटीक घट जाती, स्ट्रैस घट जाता, डायबिटीज़ घटनी शुरू हो जाती है, जिहड़ी हार्ट की प्रॉब्लम वो घटनी शुरू हो जाती है। सो बहुत फायदे हैं, वो फायदे असी होर लैके आवांगे, हुण असी थानूं दिखाड़ांगे कि जे लड़के हैं लड़कियां हैं ये जो अपनी जो प्रैक्टिस कर रहे हैं हॉकी की प्रैक्टिस, पहला असी देखा सी कि ये इन्होंने सारे ने दौड़न की प्रैक्टिस की सारे क्लब, क्योंकि थोड़ा शरीर में थोड़ा गर्म करना हुंदा है, तो सो जो जिहड़ा कोच सी उन्हें सारे नूं कहा कि तुसी पहला जिहड़ी हॉकी की पिच है वो आले दुआले तुसी दौड़ो, सारे ने तीन चार गेड़े कढ़े, उस तो बाद फिर इन्होंने लागे हो के दौड़ना एक दूजे, एक एक असी जथा जिहड़ा दूजे पासे जांदा सी वो इधर आउंदा सी, चार पाँच मिनट इन्होंने एक तो हुण ये इन्हां दी जिहड़ी प्रैक्टिस तुसी देख रहे हो कि सिर्फ हॉकी जे हॉकी दे नाल बॉल नूं मार के एक कोई पार्टनर हुंदा दूसरे पासे, वो एक एक जणा हॉकी दे वरतों दे नाल बॉल नूं हिट करके दूजे पासे तक पहुँचाउंदा, ते क्योंकि मेरे च लगा सी वजन बॉल पर मेरा हो गया बचा, क्योंकि एक बीबी ने हॉकी सामने लैन दी, सो इहदा बहुत बहुत धन्नवाद है, तो मैं वैसे भी अपने पैर दे नाल रोक भी लाना सी, पर देखो एक्सरसाइज इहनां दी ये हो रही कि एक जणा हिट करके हॉकी दे नाल बॉल जोर ना मारदा कि दूजे पासे तकरीबन मेरा ख्याल 20 गज ते 20 मीटर ते उसका पार्टनर है, जिन्हें पहला हॉकी का एक रोकना होंदा बॉल, ये बहुत गुण हैं ये जिदा उन्हें हॉकी बॉल मारिया इधर बीबी ने रोकया, तो फिर थोड़ी देर बाद ये थोड़े मैच भी खेलणगे इधरले पासे असी देखिए तो उधर गोल विच जो जो सारे गोल विच बॉल पाउण दी ट्राई करदे आ, तो प्रैक्टिस एक तो हो रही गोल पाउण दी, तो दूजे पासे जिहड़ा गोलकीपर आ वो बॉल रोकण दी उहदी प्रैक्टिस हो रही आ। सो एक होर असी दसना चाहुंदे आ कि जिहड़ी साध सिंह जी आपां पुराने जमाने च हॉकी खेलदे सी, हॉकी आपां
ਅਸੀਂ ਅਫਰੀਕਾ ਵੀ ਖੇਡੀ, ਇੱਕ ਮੋਰਮ ਦੀ ਜਿਹੜੀ ਪਿੱਚ ਹੁੰਦੀ ਸੀ, ਮਿੱਟੀ ਦੀ ਪਿੱਚ ਹੁੰਦੀ ਸੀ, ਜਾਂ ਇੰਡੀਆ 'ਚ ਕਈਆਂ ਨੇ ਹੋਕੀ ਖੇਲੀ ਆ, ਉਹ ਆਮ ਜਿਹੜੀ ਮਿੱਟੀ ਦੀ ਪਿੱਚ ਉੱਥੇ ਹੁੰਦੀ ਸੀ। ਅਤੇ ਫਿਰ ਅਸੀਂ ਇੰਗਲੈਂਡ ਵਿੱਚ ਜਦੋਂ ਖੇਡਣਾ ਸ਼ੁਰੂ ਕੀਤਾ ਅਤੇ ਘਾਹ ਦੀ ਪਿੱਚ ਹੁੰਦੀ ਸੀ, ਘਾਹ ਦੇ ਵਿੱਚ ਹੁੰਦਾ ਸੀ ਕਿ ਘਾਹ ਥੋੜ੍ਹਾ ਬਹੁਤਾ ਨਾ ਬਿਲਕੁਲ ਈਵਨ ਨਹੀਂ ਹੋ ਸਕਦਾ, ਉਹ ਉੱਪਰ ਥੱਲੇ ਬੋਲ ਜਾਂਦਾ ਸੀ, ਉਹਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਂਦਾ ਸੀ। ਅੱਛਾ, ਹੁਣ ਅਸੀਂ ਦੇਖਿਆ ਕਿ ਇਹ ਜਿਹੜੀ ਪਿੱਚ ਆ ਇਹਨੂੰ ਕਿਹਾ ਜਾਂਦਾ ਐਸਟ੍ਰੋ ਟਰਫ, ਇਹਦਾ ਨਾਮ ਇੱਕ ਹੋਰ ਵੀ ਆਲ ਵੈਦਰ ਪਿੱਚ ਵੀ ਇਹਨੂੰ ਕਿਹਾ ਜਾਂਦਾ। ਜਿੱਦਾਂ ਹੁਣ ਦੇਖੋ ਪੂਰਾ ਐਗਜ਼ਾਮਪਲ ਆ ਕਿ ਮੀਂਹ ਪੈ ਰਿਹਾ, ਮੀਂਹ ਦੇ ਵਿੱਚ ਹੀ ਕੋਈ ਰੁਕਾਵਟ ਨਹੀਂ, ਪਹਿਲਾਂ ਜਦੋਂ ਘਾਹ ਦੇ ਉੱਪਰ ਖੇਡਦੇ ਸੀ ਉਹ ਤੁਸੀਂ ਖੇਡਣਾ ਬੜਾ ਮੁਸ਼ਕਿਲ ਹੋ ਜਾਂਦਾ ਸੀ ਕਿ ਘਾਹ ਦੇ ਵਿੱਚ ਇੱਕ ਗਾਰਾ ਜਿਹਾ ਹੋ ਜਾਂਦਾ ਸੀ ਅਤੇ ਉਹ ਖੇਡਣਾ ਮੁਸ਼ਕਿਲ ਹੋ ਜਾਂਦਾ ਸੀ। ਜਿਹੜੀ ਆਲ ਵੈਦਰ ਪਿੱਚ ਇਹਦਾ ਫਾਇਦਾ ਇਹ ਕਿ ਜਿਹੜਾ ਮੀਂਹ ਦਾ ਪਾਣੀ ਪੈ ਰਿਹਾ ਅਤੇ ਨਾਲ ਹੀ ਨਾਲ ਡਰੇਨ ਹੋ ਰਿਹਾ, ਅਤੇ ਇੱਕ ਤੁਸੀਂ ਦੇਖੋ ਜਿਹੜੀ ਪਿੱਚ ਹੈ ਬਿਲਕੁਲ ਇੱਕਦਮ ਪੱਧਰੀ, ਅਤੇ ਉਹ ਜਿਹੜਾ ਬੋਲ ਆ ਉਹ ਗਰਾਊਂਡ ਦੇ ਅਨਈਵਨਨੈਸ ਨਾਲ ਕਰਕੇ ਬੋਲ ਟੱਪਦਾ ਨਹੀਂ, ਬੋਲ ਤਕਰੀਬਨ ਬਿਲਕੁਲ ਸਿੱਧਾ ਜਾਂਦਾ, ਰੋਕਣਾ ਵੀ ਈਜ਼ੀ ਹੋ ਜਾਂਦਾ। ਅਤੇ ਆਪਾਂ ਦੇਖਿਆ ਜਿਹੜੀ ਹੋਕੀਆਂ ਦੀ ਜਿਹੜੀ ਸਟਾਈਲ ਹੁੰਦੀ ਸੀ, ਤਕਰੀਬਨ 30-35 ਸਾਲ ਪਹਿਲਾਂ ਹੋਕੀਆਂ ਦੀ ਜਿਹੜੀ ਸਟਾਈਲ ਉਹ ਵੀ ਹੁਣ ਬਦਲ ਗਈ ਆ, ਕਿਉਂਕਿ ਉਹ ਹੁਣ ਬੋਲ ਉੱਪਰ ਛਾਲਾਂ ਬਾੜਾ ਨਹੀਂ ਮਾਰਦਾ। ਵਿੱਚ ਵਿੱਚ ਆਪਾਂ ਦੇਖਦੇ ਕਿ ਜਿੱਥੇ ਬੋਲ ਦੀ ਪ੍ਰੈਕਟਿਸ ਕਰ ਰਹੇ ਹਨ ਅਤੇ ਬਹੁਤ ਸਾਰੇ ਜਿਹੜੇ ਲੜਕੇ ਅਸੀਂ ਦੇਖਦੇ ਕਿ ਇਹ ਆਪਣੀ ਦੌੜਨ ਦੀ ਪ੍ਰੈਕਟਿਸ ਕਰ ਰਹੇ, ਕਿਉਂਕਿ ਇਹ ਜਿਹੜੀ ਆਲ ਵੈਦਰ ਪਿੱਚ ਇਹਨੇ ਹੋਕੀ ਨੂੰ ਬਹੁਤ ਫਾਸਟ ਕਰ ਦਿੱਤਾ, ਬਹੁਤ ਤੇਜ਼ੀ ਨਾਲ ਕਿ ਬਹੁਤ ਛੇਤੀ ਥਕੇਵਾਂ ਇਸ ਚੀਜ਼ ਹੋ ਸਕਦਾ ਜੇ ਅਗਰ ਪ੍ਰੈਕਟਿਸ ਨਾ ਕੀਤੀ ਹੋਵੇ। ਸੋ ਇਹ ਜਿਹੜਾ ਦੌੜਨ ਦੀ ਪ੍ਰੈਕਟਿਸ ਇਹ ਬਹੁਤ ਜ਼ਰੂਰੀ ਹੈ, ਅਤੇ ਪਹਿਲਾਂ ਵੀ ਇਹਨਾਂ ਨੇ ਦੌੜਨ ਦੀ ਪ੍ਰੈਕਟਿਸ ਕੀਤੀ ਸੀ। ਹੁਣ ਜਿਹੜਾ ਕੋਚ ਨੇ ਜਿਹੜੇ ਲੜਕਿਆਂ ਨੂੰ ਕਿਹਾ ਕਿ ਤੁਸੀਂ ਹੁਣ ਪਿੱਛ ਦੇ ਅੱਗੇ ਉੱਪਰ ਜਾ ਕੇ ਉੱਪਰ ਥੱਲੇ ਜਾ ਕੇ ਦੌੜੋ, ਅਸੀਂ ਦੌੜਨ ਦੀ ਪ੍ਰੈਕਟਿਸ ਵੀ ਕਰ ਰਹੇ ਹਾਂ ਬੋਲ ਹਿਟਿੰਗ ਦੀ, ਫਿਰ ਥੋੜ੍ਹੇ ਜਿਹੇ ਸਮੇਂ 'ਚ ਸਾਨੂੰ ਪਤਾ ਇਹਨਾਂ ਨੇ ਇੱਕ ਮੈਚ ਵੀ ਖੇਡਣਗੇ। ਸੋ ਸਾਧਸੰਗਤ ਜੀ, ਇਹ ਕਿ ਰਣਵੀਰਸੰਗਤ.org 'ਚ ਰਜਿਸਟਰ ਕਰੋ ਅਤੇ ਆਪਣੇ ਪਰਿਵਾਰਾਂ ਨੂੰ ਲੈ ਕੇ ਆਓ, ਆਪਣੀ ਸਖੀਆਂ ਸੰਬੰਧੀਆਂ ਸਾਰਿਆਂ ਨੂੰ ਦੱਸੋ, ਬਹੁਤ ਗਿਣਤੀ ਵਿੱਚ ਆਪਾਂ ਇਹਨੂੰ ਕਾਮਯਾਬ ਕਰਨਾ ਹੈ। ਅਤੇ ਜੋ ਰਜਿਸਟ੍ਰੇਸ਼ਨ ਫੀ ਹੈ ਬਹੁਤ ਘੱਟ, 10 ਪਾਉਂਡ ਰੱਖੀ, ਉਹਦੇ ਵਿੱਚ ਟਾਈਮਿੰਗ ਚਿੱਪ ਵੀ ਮਿਲੇਗਾ ਅਤੇ ਆਪਾਂ ਨੂੰ ਨਾਲ ਹੀ ਰਜਿਸਟ੍ਰੇਸ਼ਨ ਵੀ ਵਿੱਚ ਹੀ ਹੈ ਅਤੇ ਆਪਣਾ ਖਾਣ ਦਾ ਵੀ ਅਤੇ ਸੌਫਟ ਡਰਿੰਕ ਪੀਣ ਦਾ ਵੀ ਪੂਰਾ ਪ੍ਰਬੰਧ ਹੋਏਗਾ ਅਤੇ ਰੌਣਕਾਂ ਵੀ ਬਹੁਤ ਸਾਰੀਆਂ ਹੋਣਗੀਆਂ। ਬਹੁਤ ਸਾਰੇ ਆਪਣੇ ਪਰਿਵਾਰ ਲੈ ਕੇ ਆਏ ਹਨ, ਸਖੀਆਂ ਸੰਬੰਧੀਆਂ, ਕਈ ਕਲੱਬ ਆ ਰਹੇ ਹਨ, ਕਈ ਗੁਰੂ ਘਰ ਦੇ ਸੰਗਤ ਰਲ ਕੇ ਆ ਰਹੀ ਹੈ, ਕਈਆਂ ਨੇ ਆਪਣਾ ਯੂਨੀਫਾਰਮ ਪਾ ਕੇ ਆਉਣਾ। ਸੋ ਅਸੀਂ ਇਨਕਰੇਜ ਕਰਦੇ, ਜੇ ਆਪ ਜੀ ਕੋਈ ਜਥੇਬੰਦੀ ਹੈ, ਕੋਈ ਯੂਨੀਫਾਰਮ ਹੈ, ਯੂਨੀਫਾਰਮ ਪਾ ਕੇ ਆਓ ਤਾਂ ਉਹਦੇ ਨਾਲ ਰੌਣਕਾਂ ਹੋਰ ਵਧਣਗੀਆਂ। ਅਸੀਂ ਜਿਹੜੇ ਵੀ ਉੱਥੇ ਸ਼ਾਮਿਲ ਹੋਣਗੇ ਅਸੀਂ ਉਹਨਾਂ ਦੀਆਂ ਫੋਟੋਆਂ ਵੀ ਖਿੱਚਾਂਗੇ, ਕੋਈ ਜਥੇ ਲੈ ਕੇ ਆਉਣਗੇ ਜਥੇ ਦੀ ਆਪਾਂ ਫੋਟੋਆਂ ਵੀ ਖਿੱਚਾਂਗੇ, ਤਾਂ ਕਿ ਆਉਣ ਵਾਲੇ ਸਮੇਂ 'ਚ ਅਸੀਂ ਦੱਸ ਸਕਾਂਗੇ। ਅਤੇ ਨਾਲ ਹੀ ਅਸੀਂ ਕੋਸ਼ਿਸ਼ ਇਹ ਕਰ ਰਹੇ ਕਿ ਹਰ ਇੱਕ ਜਿਹੜਾ ਸ਼ਾਮਿਲ ਹੋਵੇ ਉਹਨੂੰ ਇੱਕ ਸਰਟੀਫਿਕੇਟ ਮਿਲੇਗਾ ਕਿ ਉਹਨੇ ਜਾਂ ਬੱਚੇ ਨੇ ਜਾਂ ਸਿਆਣੇ ਨੇ ਬਜ਼ੁਰਗ ਨੇ ਉਸ ਰਣਵੀਰ ਸੰਗਤ ਵਿੱਚ ਸ਼ਾਮਿਲ ਸ਼ਮੂਲੀਅਤ ਜਿਨ੍ਹਾਂ ਨੇ ਕੀਤੀ ਉਹਨਾਂ ਨੂੰ ਇੱਕ ਸਰਟੀਫਿਕੇਟ ਵੀ ਆਪਾਂ ਕੋਸ਼ਿਸ਼ ਕਰਾਂਗੇ ਦੇਣ ਦੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਆਪਾਂ ਦੱਸ ਰਹੇ ਕਿ ਰਣਵੀਰਸੰਗਤ.org 'ਤੇ ਅਸੀਂ ਤੁਹਾਨੂੰ ਮਿਲਾਈਏ ਬਾਰਫਟ ਟਾਈਗਰ ਹੋਕੀ ਕਲੱਬ 'ਚ, ਜਿੱਥੇ ਲੜਕੇ ਵੀ ਖੇਡਦੇ ਹਨ, ਲੜਕੀਆਂ ਵੀ ਖੇਡਦੇ ਹਨ। ਸੋ ਲੜਕੀਆਂ ਦੇ ਅਸੀਂ ਪਹਿਲਾਂ ਮਿਲੀਏ, ਪਹਿਲਾਂ ਆਪਾਂ ਮਿਲੀਏ ਕਿ ਇੱਕ ਹੈਗੀ ਸਾਡੇ ਨਾਲ ਚਰਨ ਹੈ, ਐਂਡ ਦਿਸ ਇਜ਼ ਗੁਰਚਰਨ। ਅੱਛਾ, ਬਹੁਤ ਸੌਖਾ ਹੀ ਨਾਮ ਹੈਗਾ। ਸੋ ਅਸੀਂ ਪਹਿਲਾਂ ਪੁੱਛਦੇ ਹਾਂ ਕਿ ਵੀ ਨੋਰਮਲੀ ਗਰਲਸ ਪਲੇ ਨੈੱਟਬਾਲ ਐਂਡ ਥਿੰਗਸ ਲਾਈਕ ਦੈਟ, ਵਾਟ ਵਾਈ ਡੂ ਪਲੇ ਹਾਕੀ, ਵਾਟ ਇੰਟਰਸਟ ਯੂ ਇਨ ਪਲੇਇੰਗ ਹਾਕੀ? Well, I have to be honest, it was my dad, first of all, who got me involved. But what I've enjoyed most about playing hockey is it's a real family feel here at this club. Yeah. And everybody cares for each other, and so it makes it less of a sport and more of a family gathering and sport at the same time. And I really enjoyed that. I thought that was the best thing about it. How long have you been playing hockey? I started when I was 14 here at Tigers. Okay. I didn't really play any sport before that. Which team do you play for now? I play for Barford Tigers, so. Which was first team or second team? A bit of both. Okay. Gujan, how long have you been playing hockey? It's been about 10 years now. About 10 years. You started from Nairobi, isn't it? Yes. Been 2 years, like you told me earlier. And yes. How often do you train? Do you train every week or do you train? We train every Tuesday evenings here at Barford Tigers Pitch, and we have a match every Saturday, a league match. Yes. Right. And how? I understood that the girls normally train on Tuesdays. Yes. Why are you training on Thursdays? What's happening? What's special about today? We're
very honoured that you're here. Your presence is appreciated to Beaufort Tigers Club, so we would feel proud to advertise our ladies team here, and we're proud to present to your ladies team. You know, we're running this program, Run with Sangat. What do you like to say about that initiative? I think it's brilliant. I think anything that gets people involved in sport, there's so many health benefits, as well as it being good for not just physically, but also mentally. I've heard that it's really good. My dad's doing it, and he's recruited me to get involved as well. So I think it's a great idea, really, are you really brilliant. All your friends with it? Yes, I'll recruit them all. Your young girls, our community is suffering from drinking habits, right, and also a lot of diabetes and heart problems, and this is the Sangat Trust attempt to do something about it. So this Run with Sangat is not going to be just one-off event. We have started a program, like we're coming out and we're hoping to come out to different clubs, sports clubs, highlight them and get people to join these clubs. And are we going to have a year-long program throughout the year encouraging our people to start some sort of exercise, start join the gym, start walking, start running? So what do you think, how would you like our community, what would you like to advise them to come out and start walking and running? I think it's all about your fitness and your mental health awareness and how to take care of yourself and your mental health issues. It's very important nowadays to keep yourself fit because we have so much work to do every day. It's not easy to get yourself out there and keep yourself fit. So I would encourage everyone to, even if you're young or old, you need to get out there and get active, put yourself in action and just get going. You can start with the smallest walk and just build on it every day. But you need to do something, otherwise you'll just stay where you are for the rest of your time. Sharon, encourage them to start exercising. Talk directly to the camera. I want you to have an effect on all the viewers that they should come out in their thousands for Run with Sangat. I didn't like exercising. I used to hate it as a child. The health benefits are incredible. You only need to go to your local hospital. It's a great scheme to get involved with. It's so good, and you've got so many people from our own community, and we should be there for not just ourselves, but to support each other as well. So I think it's a great initiative and everyone should get involved. So I would like to thank Gurcharan and Charan for helping us with this. Thank you very much. Thank and you. Best of luck to you. Beaufort Tiger Club de oh bacche bachiyan jehde ajj training karan layi aaye ne oh sare aap de samne ne aur inna ne 30 September nu Run with Sangat jehda program ho reha hai Sangat Television vallon Hansworth Park de vich shamil hona hai ede bare Sardar Manjeet Singh ji jehde ke coach ne ik tarah de karta dharta ne oh ki karna chahunde. So basically ਤੁਸੀਂ ਦੇਖ ਰਹੇ ਹੋ 25 ਜਾਣੇ ਇੱਥੇ ਇਕੱਠੇ ਹੋਏ ਨੇ ਥੋੜੀਆਂ ਲੇਡੀਜ਼ ਨੇ ਗਰਲ ਸੈਕਸ਼ਨ ਵੀ ਹੈਗਾ ਔਰ ਇੱਥੇ ਮੈਂ ਥੋੜੇ ਜਿਹੜੇ ਸਾਡੇ ਖਾਸ ਮੈਂਬਰ ਉਹ ਤੁਹਾਨੂੰ ਜੇ ਇੰਟਰੋਡਿਊਸ ਕਰਾਂ ਸਾਡਾ ਜਿਹੜਾ ਫਸਟ ਟੀਮ ਦਾ ਕੈਪਟਨ ਹੈ ਬੌਬ ਸੋਹਤਾ ਬੌਬ ਜਸਟ ਕਮ ਫੋਰਵਰਡ ਇੱਥੇ ਖੜੇ ਨੇ ਹੱਥ ਉੱਚਾ ਕਰਦੇ ਉਹਨਾਂ ਨੂੰ ਪਤਾ ਲੱਗ ਜਾਏਗਾ ਸਾਡਾ ਸੀਨੀਅਰ ਮੈਂਬਰ ਤਕਰੀਬਨ 40 ਸਾਲ ਦੀ ਉਮਰ ਹੋ ਚੱਲੀ ਇਹਨਾਂ ਦੀ ਪਰ ਹਾਲੇ ਵੀ ਫਸਟ ਟੀਮ ਹਾਕੀ ਖੇਡ ਰਹੇ ਨੇ ਪੈਵ ਸੰਧੂ ਥੋੜਾ ਜਿਹਾ ਹੱਥ ਕਰ ਦਿਓ ਇੱਕ ਸਾਡਾ 16 ਸਾਲਾਂ ਦਾ ਬੱਚਾ ਛੋਟਾ ਨੌਜਵਾਨ ਆ ਰਿਹਾ ਇੰਗਲੈਂਡ ਸੈਟਅਪ ਦੇ ਵਿੱਚ ਇਨਵੋਲਵ ਹੋਇਆ ਓਕੇ ਸੋ ਜੀਵਨ ਡੀਗਨ ਇੱਕ ਯੰਗਸਟਰ ਅੱਜ ਹੀ ਆਇਆ ਇਹਦੀ ਪਹਿਲੀ ਟ੍ਰੇਨਿੰਗ ਸੈਸ਼ਨ ਹੈ ਇਸ ਟ੍ਰੇਨਿੰਗ ਰੀਲੀ ਵੈਲ ਇਹਦੀ ਵੀ ਹੋਪ ਕਰ ਰਹੇ ਹਾਂ ਕਿ ਇਹ ਸਾਡੀ ਹੋਪਫੁਲੀ ਅਗਲੇ 2-3 ਸਾਲਾਂ ਤਾਈਂ ਸਾਡੀ ਫਸਟ ਟੀਮ ਦੇ ਵਿੱਚ ਮੈਂਬਰ ਸ਼ਾਮਿਲ ਹੋਣਗੇ ਸੋ ਤੁਸੀਂ ਦੇਖ ਰਹੇ ਹੋ ਪ੍ਰੋਫੈਸ਼ਨਲ ਆ ਡਾਕਟਰ ਟੀਚਰ ਇਹ ਵੀ ਗੱਲ ਸਹੀ ਹੈ ਚਰਨ ਗਿੱਲ ਉੱਥੇ ਖੜੀ ਹੈ ਸ਼ੀ ਇਜ਼ ਵਾਟ ਆਰ ਯੂ ਚਰਨ ਨਾਓ ਸਰਜਨ ਡਾਕਟਰ ਕਿੰਨੀਆਂ ਕੁ ਡਿਗਰੀਆਂ ਕਰ ਲਿਆ ਹੁਣ ਤੂੰ ਹੁਣ ਸਰਜਨ ਹੈ ਅਤੇ ਸੋ ਇਹਦਾ ਮੇਰਾ ਕਹਿਣ ਦਾ ਭਾਵ ਹੈ ਕਿ ਸਿਰਫ ਜਿਹੜੇ ਪ੍ਰੋਫੈਸ਼ਨਲ ਹੈ ਆਪਦੀ ਐਜੂਕੇਸ਼ਨ ਵੀ ਇਹਨਾਂ ਨੇ ਹਾਸਿਲ ਕੀਤੀ ਆ ਸਪੋਰਟਸ ਵੀ ਖੇਡਦੇ ਨੇ ਕਮਿਟਮੈਂਟ ਵੀ ਹੈ ਕਈ ਮੁੰਡੇ ਇੱਥੇ ਐਕਸੈਟਰ ਤੋਂ ਆਏ ਰਵੀ ਪੈਚਕਰ ਵੇਅਰ ਆਰ ਯੂ ਦੈਟ ਇਹ ਮੁੰਡਾ ਐਕਸੈਟਰ ਤੋਂ ਆਇਆ ਖੇਡਣ ਅੱਜ ਟ੍ਰੇਨਿੰਗ ਕਰੇਗਾ ਸੈਟਰਡੇ ਗੇਮ ਖੇਡੇਗਾ ਫਿਰ ਵਾਪਸ ਚਲੇ ਜਾਏਗਾ 2-3 ਮੁੰਡੇ ਲੰਡਨ ਤੋਂ ਆਏ ਨੇ ਕੋਈ ਲੈਸਟਰ ਤੋਂ ਆਇਆ ਕੋਈ ਡਾਰਬੀ ਤੋਂ ਆਇਆ ਕੋਈ ਨੋਟਿੰਗਮ ਤੋਂ ਆਇਆ ਸੋ ਸਾਰੀ ਇਹ ਕਮਿਟਮੈਂਟ ਹੈ ਐਂਡ ਜੇ ਤੁਸੀਂ ਕੁਛ ਲਾਈਫ 'ਚ ਜ਼ਿੰਦਗੀ 'ਚ ਕੁਛ ਹਾਸਿਲ ਕਰਨਾ ਤਾਂ ਕਮਿਟਮੈਂਟ ਦੀ ਜ਼ੋਰ ਲੋੜ ਹੈ ਡਿਸਿਪਲਿਨ ਦੀ ਲੋੜ ਹੈ ਅਤੇ ਇੱਕ ਅੱਛਾ ਸਿਹਤ ਦੀ ਲੋੜ ਹੈ basically sare most of these guys will be running with Sangat Run with Sangat on the 30th
Ranveer Sangat.